ਪਾਗਲਾਂ ਦੇ ਵਾਂਗ ਤੈਨੂੰ ਕਰਦੀ ਮੈਂ ਪਿਆਰ ਵੇ ਜੇ ਤੂੰ ਮਿਲ ਆਣ ਲਉ ਖੁਦ ਨੂੰ ਮੈਂ ਮਾਰ ਵੇ ਗੱਗੀ ਦੱਸ ਦੇ ਕੋਈ ਹੱਲ ਸੱਜਣਾ ਮੇਰੇ ਸੁਣ ਦਿਲ ਦੀ ਤੂੰ ਗੱਲ ਸੱਜਣਾ ਮੇਰੇ ਕਿਉਂਕਿ ਮੈਨੂੰ ਸਿਰਫ ਪੇਟਾਂ ਤੱਕ ਹੀ ਸੀਮਤ ਦੇਖਣਾ ਚਾਹੁੰਦੇ ਸੀ ਮੇਰੇ ਲੋਕ ਮੇਰੇ ਆਪਣੇ ਬਾਣੀਆਂ ਭਾਈ ਮੈਨੂੰ ਕਹਿੰਦੇ ਯਾਰ ਭੇਟ ਦਾ ਮੁੰਡਾ ਜੇ ਮੈਂ ਗਾਣਾ ਗਾਦਾ ਤਾਂ ਉਹ ਕਹਿੰਦਾ ਬਾਣੀਆਂ ਦੇ ਮੁੰਡੇ ਗਾਣੇ ਕਿਵੇਂ ਗਾਉਣਗੇ ਯਾਰ ਯਾਰ ਜੀ ਅਬ ਇਹ ਬੱਚੇ ਦੀ ਉਹਨੂੰ ਪਛਾਣੋ ਕਿ ਉਹ ਕੀ ਕਰਨਾ ਚਾਹੁੰਦਾ ਹੈ ਜੇਕਰ ਉਹ ਗਾਣਾ ਚਾਹੁੰਦਾ ਤਾਂ ਉਹਨੂੰ ਗਵਾਓ ਜੇ ਉਹਕਰ ਵਪਾਰ ਕਰਨਾ ਚਾਹੁੰਦਾ ਤਾਂ ਵਪਾਰ ਕਰ ਸਭ ਤੋਂ ਵੱਡਾ ਵੀਕ ਪੁਆਇੰਟ ਤਾਂ ਇਹੀ ਹੈ ਬਾਣੀਆਂ ਦੇ ਮੁੰਡੇ ਨੂੰ ਕੋਈ ਸਮਝਦਾ ਨਹੀਂ ਵੀ ਗਾਉਂਦਾ ਵੀ ਹੋ ਸਰ ਦੇਖੋ ਕਹਿੰਦੇ ਆ ਨਾ ਵੀ ਬਾਜ਼ਾਰ ਦੇ ਵਿੱਚ ਆਉਣ ਵਾਸਤੇ ਆਪ ਨੂੰ ਸਾਰਾ ਕੁਝ ਗਾਉਣਾ ਪੈਂਦਾ ਪਰ ਮੈਂ ਇੰਨਾ ਵੀ ਗੰਦਨਾ ਗਾਉ ਤਾ ਜੋ ਲੋਕ ਛੋਡੇ ਮੂਤੇ ਚੱਪਲਾਂ ਮਾਰਨ ਤੁਹਾਨੂੰ ਮਾੜਾ ਬੋਲਣ ਤੁਹਾਡੇ ਕਮੈਂਟਾਂ ਦੇ ਵਿੱਚ ਤੁਹਾਡੇ ਗਲਤ ਗਲਤ ਕਮੈਂਟਾਂ ਹਨ ਗਾਣਾ ਕੱਢਣ ਜਿੱਦਾਂ ਕਿ ਅੱਜ ਕੱਲ੍ਹ ਚੱਲ ਰਹੇ ਦੇਖ ਰਹੇ ਹਾਂ ਕਿ ਮੈਂ ਜਦੋਂ ਗਿਆ ਜੀ ਉੱਥੇ ਉਹਨਾਂ ਨੇ ਕੰਟੈਂਟ ਸਨਾਇਆ ਸਾਰਾ ਕੁਝ ਉਹਨਾਂ ਨੇ ਸੁਣਦਿਆਂ ਹੀ ਮੈਨੂੰ ਕੋਈ ਗੱਲ ਕਹੀ ਕਹਿੰਦੇ ਯਾਰ ਇਹ ਆਪਣੇ ਬਾਣੀਆਂ ਦਾ ਕੰਮ ਨਹੀਂ ਹੈ ਖਬਰਾਂ ਵਿੱਚੋਂ ਬੋਲੀ ਮਾਏ ਦੁੱਖ ਸੁੱਖ ਦੀ ਨਾਲ ਫੋਲੀ ਮਾਏ ਆ ਮਾਤਾ ਮੈਂ ਆਵਾ ਮਾਏ ਆ ਮਾ ਕਿਹੜੇ ਚਾਵਨਾ ਮਾਂ ਮੈਂ ਮੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਨਾ ਸਰ ਮੈਂ ਤੁਹਾਡੇ ਥਰੂ ਇੱਕ ਮੈਸੇਜ ਲਾਣਾ ਚਾਹਨਾ ਸਾਰੇ ਸਾਡੇ ਬਾਣੀਆਂ ਨੂੰ ਵੀਰ ਜਿਨ੍ਹਾਂ ਦੇ ਬੱਚਿਆਂ ਕੋਲੇ ਬਹੁਤ ਟੈਲੈਂਟ ਹੈ ਹੂੰ ਬਹੁਤ ਟੈਲੈਂਟ ਆ ਸਾਡੇ ਬੱਚੇ ਬਾਣੀਆਂ ਦੇ ਮੁੰਡੇ ਬਹੁਤ ਅੱਛੇ-ਅੱਛੇ ਗਾਉਂਦੇ ਆ ਉਹਨਾਂ ਨੂੰ ਸਿਰਫ ਦੁਕਾਨਾਂ ਤੱਕ ਹੀ ਸੀਮਤ ਰੱਖਿਆ ਜਾਂਦਾ ਹੂੰ ਤਾਂ ਸੋ ਤੁਹਾਡੇ ਥਰੂ ਮੇਰਾ ਇੱਕ ਇਹੀ ਮੈਸੇਜ ਮੈਂ ਦੇਣਾ ਚਾਹੁੰਦਾ ਵੀ ਨਹੀਂ ਯਾਰ ਤੁਸੀਂ ਆਪਣੇ ਬੱਚੇ ਦੀ ਉਹਨੂੰ ਪਛਾਣੋ ਕਿ ਉਹ ਕੀ ਕਰਨਾ ਚਾਹੁੰਦਾ ਜੇਕਰ ਉਹ ਗਾਣਾ ਚਾਹੁੰਦਾ ਤਾਂ ਉਹਨੂੰ ਗਵਾਓ ਜੇ ਉਹਕਰ ਵਪਾਰ ਕਰਨਾ ਚਾਹੁੰਦਾ ਤਾਂ ਵਪਾਰ ਕਰੇ ਤਾਂ ਕਿਉਂਕਿ ਸਾਡੀ ਇੱਕ ਮੰਡਲੀ ਸੀ ਬੁੜਲਾਡੇ ਤੋਂ ਅਸੀਂ ਫ੍ਰੀ ਜਾਗਰਣ ਕਰਦੇ ਆਏ ਆ ਹੂੰ 1500 ਤੋਂ 2000 ਜਾਗਰਣ ਕਟੋਗੜ ਮੈਂ ਕੀਤਾ ਮੈਂ 6 ਸਾਲ ਦਾ ਸੀ ਗਾਣ ਲੱਗ ਗਿਆ ਸੀ ਪਰ 22 ਸਾਲ ਤੱਕ ਮੈਂ ਜਾਗਰਨ ਕੀਤੇ ਆ ਰੱਬ ਦਾ ਬਹੁਤ ਸ਼ੁਕਰ ਕਰਦਾ ਕਿ ਮੈਂ ਕਿਉਂਕਿ ਮੈਂ ਮੇਰਾ ਕੰਟੈਂਟ ਸੀ ਇਦਾਂ ਦਾ ਮੈਂ ਗਾਉਂਦਾ ਸੀ ਕੁਝ ਕੁਝ ਤਾਂ ਬੱਚੇ ਕਰਕੇ ਕੁਝ ਮੈਂ ਗਾਉਂਦਾ ਇਦਾਂ ਦਾ ਸੀ ਕਿ ਮੈਨੂੰ ਸਾਰੇ ਬਹੁਤ ਪਿਆਰ ਕਰਦੇ ਸੀਗੇ ਜੀ ਮਾਨਕ ਸਾਹਿਬ ਦੀ ਬੜੇ ਬੜੀ ਅੱਛਾ ਉਹਨਾਂ ਦਾ ਗੀਤ ਆਇਆ ਸੀਗਾ ਰੰਗ ਮੇਰੀ ਰੰਗਲੀ ਚਰਖੀ ਉਹਦੇ ਉੱਤੇ ਮੈਂ ਭੇਟ ਲਿਖੀ ਸੀ ਤੇ ਮੈਂ ਬਹੁਤ ਗਾਈਆ ਉਹ ਤੇ ਤੁਹਾਨੂੰ ਮੈਂ ਬੜੀ ਮਕਬੂਲ ਸੀ ਉਸ ਟਾਈਮ ਦੀ ਮੈਂ ਤੁਹਾਨੂੰ ਸੁਣਾਉਣਾ ਹੀ ਮੇਰੀ ਰੰਗਲੀ ਚਰਖੀ ਪੈ ਤੰਦ ਤੰਦੇੜੇ ਮੇਰੀ ਰੰਗਲੀ ਚਰਖੀ ਪੈ ਤੰਦ ਤੰਦੇੜੇ ਕਿਤੋਂ ਆਂ ਦਾਤੀਏ ਬੱਚਿਆਂ ਦੇ ਪੇੜੇ ਕਿਤੋਂ ਮਾਰਦਾਤੀਏ ਬੱਚਿਆਂ ਵੱਲ ਗੇੜੇ ਮੇਰੀ ਰੰਗਲੀ ਚਰਖੀ ਸੋਨੇ ਦੀਆਂ ਮੇਖਾਂ ਕਿਤੋਂ ਆਂਦਾ ਤੀਏ ਤੇਰਾ ਰਾਹ ਪਿਆ ਵੇਖਾਂ ਕਿਤੋਂ ਆਂਦਾ ਤੀਏ ਤੇਰਾ ਰਾਹ ਪਿਆ ਵੇਖਾਂ ਤੇਰੀ ਯਾਦ ਸਤਾਵੇ ਮੈਨੂੰ ਸਾਂਝ ਸਵੇਰੇ ਤੇਰੀ ਯਾਦ ਸਤਾਵੇ ਮੈਨੂੰ ਸਾਂਝ ਸਵੇਰੇ ਕਿਤੋਂ ਦਾਤੀਏ ਤੂੰ ਬੱਚਿਆਂ ਦੇ ਵੇੜੇ ਕਿਤੋਂ ਮਾਰਦਾਤੀਏ ਬੱਚਿਆਂ ਵੱਲ ਗੇੜੇ ਕਿਉਂਕਿ ਮੈਨੂੰ ਸਿਰਫ ਪੇਟਾਂ ਤੱਕ ਹੀ ਸੀਮਤ ਦੇਖਣਾ ਚਾਹੁੰਦੇ ਸੀ ਮੇਰੇ ਲੋਗ ਹਮ ਮੇਰੇ ਆਪਣੇ ਬਾਣੀਏ ਭਾਈ ਮੈਨੂੰ ਕਹਿੰਦੇ ਯਾਰ ਪੇਟ ਦਾ ਮੁੰਡਾ ਜੇ ਮੈਂ ਗਾਣਾ ਗਾਦਾ ਤਾਂ ਉਹ ਕਹਿੰਦਾ ਬਾਣੀਏ ਮੁੰਡੇ ਗਾਣੇ ਕਿਵੇਂ ਗਾਉਣਗੇ ਯਾਰ ਹਾਂ ਮਤਲਬ ਐਦਾਂ ਹੀ ਸੋਚਿਆ ਜਾਂਦਾ ਸੀ ਐਦਾਂ ਬੋਲਿਆ ਜਾਂਦਾ ਸੀ ਸਾਨੂੰ ਪਰ ਕਹਿੰਦੇ ਆ ਨਾ ਵੀ ਆਪਦੇ ਮਰਿਆਂ ਮਰਿਆਂ ਸਵਰਗ ਨਹੀਂ ਹੈ ਹੂੰ ਆਪਦੇ ਮਰਿਆਂ ਸਵਰਗ ਨਹੀਂ ਹੈ ਇਹ ਗੱਲ ਸੱਚਾਈ ਹੈ ਬਿਲਕੁਲ ਜਦੋਂ ਮੈਂ ਕੁਝ ਆਪ ਕੋਸ਼ਿਸ਼ ਕੀਤੀ ਉਦੋਂ ਹੀ ਕੁਝ ਮੈਨੂੰ ਮੈਨੂੰ ਲੱਗਿਆ ਵੀ ਮੈਂ ਕੁਝ ਪਾਇਆ ਹੂੰ ਪਰ ਜਿਨ੍ਹਾਂ ਦਾ ਕਰਮਾ ਲੋਕਾਂ ਕੋਲੇ ੱੱੱਕੇ ਖਾਂਦਾ ਰਿਹਾ ਵੀ ਯਾਰ ਮੇਰਾ ਗਾਣਾ ਕਰਾ ਦਿਓ ਹਾਂ ਬਾਈ ਕਰਾ ਦਾਂਗੇ ਹਾਂ ਬਾਈ ਕਰਾ ਦਾਂਗੇ ਪਰ ਕਿਸ ਨੇ ਮੇਰਾ ਕੋਈ ਗਾਣਾ ਨਹੀਂ ਕਰਾਇਆ ਨਹੀਂ ਸਰ ਬਾਣੀਆਂ ਦੇ ਮੁੰਡੇ ਨੂੰ ਕੋਈ ਸਮਝਦਾ ਹੀ ਨਹੀਂ ਵੀ ਇਹ ਗਾਉਂਦਾ ਹੋਊ ਇਹ ਸਭ ਤੋਂ ਵੱਡਾ ਵੀਕ ਪੁਆਇੰਟ ਤਾਂ ਇਹੀ ਹੈ ਬਾਣੀਆਂ ਦੇ ਮੁੰਡੇ ਨੂੰ ਕੋਈ ਸਮਝਦਾ ਨਹੀਂ ਵੀ ਗਾਉਂਦਾ ਵੀ ਉਹ ਹੁਣ ਜਦੋਂ ਮੇਰਾ ਗਾਣਾ ਆ ਗਿਆ ਹੁਣ ਥੋੜਾ ਜਿਹਾ ਲੋਕ ਦੇਖਣ ਲੱਗੇ ਨੇ ਵੀ ਹਾਂ ਯਾਰ ਗਾਉਂਦੇ ਆ ਮੁੰਡਾ ਹੁਣ ਮੈਂ ਜਿਹਦੇ ਕੋਲ ਵੀ ਜਾਣਾ ਦੇਖੋ ਮੇਰੀ ਵਾਕਈ ਅਗਲਾ ਕਹਿੰਦਾ ਯਾਰ ਵੋਕਲ ਤੁਹਾਡੀ ਬਹੁਤ ਅੱਛੀ ਹੈ ਸੁਰਤਾਲ ਦਾ ਪਤਾ ਸੁਰਤਾਲ ਦਾ ਵੀ ਕਿਉਂ ਪਤਾ ਭਾਜੀ 1500 ਤੋਂ 2000 ਜਾਗਰਤਾ ਮੈਂ ਕੀਤਾ ਪਾਗਲਾਂ ਦੇ ਵਾਂਗ ਤੈਨੂੰ ਕਰਦੀ ਮੈਂ ਪਿਆਰ ਵੇ ਜੇ ਤੂੰ ਮਿਲ ਆਣ ਲਉ ਖੁਦ ਨੂੰ ਮੈਂ ਮਾਰਵੈ ਗੱਗੀ ਦਾ ਸਦੇ ਕੋਈ ਹੱਲ ਸੱਜਣਾ ਮੇਰੇ ਸੁਣ ਦਿਲ ਦੀ ਤੂੰ ਗੱਲ ਸੱਜਣਾ ਮੇਰੇ ਮੈਂ ਤੈਨੂੰ ਪਿਆਰ ਕਰਦੀ ਓ ਦਿਲਦਾਰ ਮੇਰੇ ਸੁਣ ਦਿਲ ਦੀ ਤੂੰ ਗੱਲ ਸੱਜਣਾ ਮੇਰੇ ਸਰ ਲਾਈਵ ਗਾਣਾ ਦੇਖੋ ਜੋ ਅੱਜਕੱਲ ਚੱਲ ਰਿਹਾ ਹੈ ਸਿਸਟਮ ਹੂੰ ਮੈਨੂੰ ਤਾਂ ਨਹੀਂ ਲੱਗਦਾ ਉਹ ਲਾਈਵ ਗਾਉਣਗੇ ਪਰ ਮੇਰੇ ਨੂੰ ਮੇਰੇ ਕੋਲ ਐਕਸਪੀਰੀਅੰਸ ਹੈਗਾ ਲਾਈਵ ਗਾਉਣ ਦਾ ਮੈਂ ਗਾਉਂਦਾ ਵੀ ਰਹਿਣਾ ਪਿੱਛੇ ਜੇ ਆਪਣੀ ਕਿ ਲੁਧਿਆਣਾ ਇੱਕ ਬਹੁਤ ਦਰਦਨਾਕ ਘਾਸਾ ਹੋਇਆ ਸੀ ਫੈਕਟਰੀ गिरी ਸੀ ਹੂੰ ਤੇ ਉਹਦੇ ਵਿੱਚ ਨਾ ਇੱਕ ਸਵੇਰ ਜਦੋਂ ਅਖਬਾਰ ਮੈਂ ਪੜਿਆ ਤੇ ਇੱਕ ਮਾਂ ਬੈਠੀ ਸੀ ਲੇਟੀ ਹੋਈ ਸੀ ਸ਼ਾਇਦ ਉਹ ਡੈੱਡ ਔਨ ਦੀ ਔਨ ਦੀ ਸਪੌਟ ਡੈੱਡ ਸੀ ਹੂੰ ਉਹਦੇ ਬੱਚੀਆਂ ਉਹਦੇ ਕੋਲ ਬੈਠੀਆਂ ਸੀਗੀਆਂ ਤੇ ਮੈਂ ਉਹਦਾ ਬੱਚਾ ਇੱਕ ਬਾਹਰ ਸੀਗਾ ਜੋ ਉਹਦੇ ਵਿੱਚ ਅਖਬਾਰ ਦੇ ਵਿੱਚ ਲਿਖਿਆ ਸੀ ਤੇ ਫਿਰ ਮੈਂ ਉਹ ਸਾਰਾ ਆਪਣੇ ਧਿਆਨ ਚ ਕਰਦੇ ਇੱਕ ਗਾਣਾ ਲਿਖਿਆ ਸੀ ਹਜੇ ਮੈਂ ਕਿਸੇ ਨੂੰ ਸੁਣਾਇਆ ਨਹੀਂ ਫਸਟ ਟਾਈਮ ਤੁਹਾਨੂੰ ਸੁਣਾ ਰਿਹਾ ਮੈਂ ਤੇਰਾ ਪੁੱਤ ਲਾੜਲਾ ਹੋ ਵੇਖ ਅੱਖਾਂ ਖੋਲ ਕਿੰਨਾ ਵੱਡਾ ਹੋ ਗਿਆ ਉੱਠ ਮੈਂ ਕਰ ਚੱਲੀਏ ਉੱਠ ਮੈਂ ਕਰ ਚੱਲੀਏ ਹੋ ਤੇਰੇ ਬਿਨਾ ਮੈਂ ਕਰ ਸੁਨ ਨਾ ਹੋ ਗਿਆ ਮੈਂ ਤੇਰਾ ਪੁੱਤ ਲਾੜਲਾ ਹੋਵੇਖ ਅੱਖਾਂ ਖੋਲ ਕਿੰਨਾ ਵੱਡਾ ਹੋ ਗਿਆ ਸਿਰਫ ਮੈਂ ਨਹੀਂ ਚਾਹੁੰਦਾ ਮੇਰਾ ਸਿਰਫ ਕਹਿੰਦਾ ਇੱਕੋ ਹੀ ਗੱਲ ਹੈ ਵੀ ਬਾਣੀਆਂ ਦੇ ਮੁੰਡੇ ਕਰੋ ਨਿਕਲਣ ਦੁਕਾਨਾਂ ਤੇ ਜੇਕਰ ਉਹ ਕੁਝ ਕਰਨਾ ਚਾਹੁੰਦੇ ਆ ਤਾਂ ਮੇਰਾ ਇੱਕੋ ਹੀ ਸਿਰਫ ਇੱਕੋ ਹੀ ਮੈਸੇਜ ਹੈ ਵੀ ਜੇਕਰ ਤੁਹਾਡੇ ਬੱਚੇ ਚ ਟੈਲੈਂਟ ਹੈਗਾ ਉਹ ਗਾਉਣ ਦਾ ਤਾਂ ਉਹਨੂੰ ਗਵਾਓ ਯਾਰ ਵੀ ਉਹਨੂੰ ਦੁਕਾਨ ਤੇ ਨਾ ਬਿਠਾਓ ਐਕਚੁਅਲੀ ਮੈਂ 22 ਸਾਲ ਤੱਕ ਗਾਇਆ ਉਸ ਤੋਂ ਬਾਅਦ ਮਤਲਬ ਮੈਂ ਛੱਡ ਚੁੱਕਿਆ ਸੀ ਇਹ ਲਾਈਨ ਪਿਛਲੇ 6-7 ਸਾਲ ਤੋਂ ਮੈਂ ਬਿਲਕੁਲ ਇਹ ਲਾਈਨ ਛੱਡ ਚੁੱਕਿਆ ਸੀ ਵੀ ਯਾਰ ਨਾ ਆਪਣੇ ਮਤਲਬ ਦੀ ਹੈ ਨਹੀਂ ਕਿਉਂਕਿ ਜਿੱਦਾਂ ਦੇ ਲੋਕ ਮੈਨੂੰ ਸਵਾਲ ਕਰਦੇ ਸੀ ਜਿੱਦਾਂ ਦਾ ਮੈਨੂੰ ਕੋਈ ਸਮਝਦੇ ਸੀ ਮੈਂ ਨਹੀਂ ਚਾਹੁੰਦਾ ਸੀ ਯਾਰ ਮੈਂ ਫालतू ਦੀ ਕਿੱਚ ਕਿੱਚ ਸੁਣਾ ਪਰ ਜਦੋਂ ਮੈਂ ਵਪਾਰ ਸਾਰੇ ਕਰ ਕਰ ਦੇਖ ਲਿਆ ਜੀ ਆਪਣੀ ਲਾਈਫ ਦੇ ਵਿੱਚ ਕੀ ਕੀਤਾ ਮੈਂ ਪ੍ਰਾਪਰਟੀ ਦਾ ਕੰਮ ਵੀ ਕੀਤਾ ਮੈਂ ਫਾਈਨਾਂਸ ਵੀ ਕੀਤਾ ਮੈਂ ਦੁਕਾਨਦਾਰੀ ਵੀ ਕੀਤੀ ਲੇਡੀ ਸੂਟਸ ਦਾ ਕੰਮ ਵੀ ਕੀਤਾ ਬਾਣੀਆਂ ਦੇ ਮੁੰਡੇ ਦਾ ਧੋਖਾ ਖਾਂਦਾ ਹੀ ਨਹੀਂ ਬਿਜ਼ਨਸ ਦੇ ਵਿੱਚ ਨਹੀਂ ਮੈਂ ਚਲਾ ਲਿਆ ਸੀਗਾ ਸਹੀ ਪਰ ਜਿਹੜਾ ਮੇਰਾ ਦਿਲ ਸੀ ਉਹ ਕਹਿੰਦੀ ਆ ਨਾ ਵੀ ਮਿਊਜ਼ਿਕ ਸੀ ਮੇਰੇ ਦਿਲ ਦੇ ਵਿੱਚ ਹੂੰ ਤੇ ਮੈਨੂੰ ਚੰਦਾ ਸੀ ਮੈਨੂੰ ਇਹ ਗੱਲ ਦਾ ਭਰੋਸਾ ਸੀ ਵੀ ਮੈਂ ਆਪਣੀ ਲਾਈਫ ਦਾ ਜੋ ਬੈਸਟ ਕੱਢਣਾ ਚਾਹੁੰਦਾ ਉਹ ਮੇਰੀ ਸਿੰਗਿੰਗ ਲਾਈਨ 'ਚ ਹੀ ਨਿਕਲ ਸਕਦਾ ਹਜ਼ਾਰ ਤੇਰਾ ਬਿੱਲੋਂ ਜ਼ਹਿਰ ਇਲਾ ਸਪਣੀ ਡਾਉਨ ਲਿਟਰੰਪ ਨਾਲੋਂ ਕਿਹੜਾ ਘਟਣੀ ਯਾਰ ਤੇਰਾ ਬਿੱਲੋਂ ਜ਼ਹਿਰ ਇਲਾ ਸਪਣੀ ਡਾਉਨ ਲਿਟਰੰਪ ਨਾਲੋਂ ਕਿਹੜਾ ਘਟਣੀ ਜਿਹੜੇ ਬાળા ਸਾਡੇ ਮੂਰੇ ਟੱਪਦੇ ਆ ਬਿੱਲੋਂ ਜਿਹੜੇ ਵਾਲਾ ਸਾਡੇ ਮੁਰੇ ਟੱਪਦੇ ਆ ਬਿੱਲੋ ਹੁਣਾਂ ਮੁੱਦੇ ਕਰ ਚੰਗੀ ਤਰ੍ਹਾਂ ਫੇਰਨ ਲੱਠੀ ਨਹੀਂ ਯਾਰ ਤੇਰਾ ਬਿੱਲੋ ਜ਼ਹਿਰ ਇਲਾ ਸਪਣੀ ਡਾਊਨ ਲਟ ਰੰਪ ਨਾਲੋਂ ਕਿਹੜਾ ਕੱਟਨੀ ਸਰ ਦੇਖੋ ਕਹਿੰਦੇ ਆ ਨਾ ਵੀ ਬਾਜ਼ਾਰ ਦੇ ਵਿੱਚ ਆਉਣ ਵਾਸਤੇ ਆਪਾਂ ਨੂੰ ਸਾਰਾ ਕੁਝ ਗਾਉਣਾ ਪੈਂਦਾ ਪਰ ਮੈਂ ਇੰਨਾ ਵੀ ਗੰਦ ਨਾ ਗਾਉਂ ਤਾ ਜੋ ਲੋਕ ਸੋਡੇ ਮੂਤੇ ਚੱਪਲਾ ਮਾਰਨ ਤੁਹਾਨੂੰ ਮਾੜਾ ਬੋਲਣ ਤੁਹਾਡੇ ਕਮੈਂਟਾਂ ਦੇ ਵਿੱਚ ਤੁਹਾਡੇ ਗਲਤ-ਗਲਤ ਕਮੈਂਟ ਆਣ ਗਾਲਾਂ ਕੱਢਣ ਜਿੱਦਾਂ ਕਿ ਅੱਜਕੱਲ੍ਹ ਚੱਲ ਰਿਹਾ ਦੇਖ ਰਹੇ ਆਪਾਂ ਮੇਰੇ ਗਾਣੇ ਦੇ ਵਿੱਚ ਉਦਾਂ ਦੀ ਤੁਹਾਨੂੰ ਕੋਈ ਗੱਲ ਨਹੀਂ ਮਿਲੇਗੀ ਜ਼ਹਿਰੀਲਾ ਸੱਪ ਇੱਕ ਨਾਰਮਲ ਵਰਡ ਹੈ ਜਿਹਦੇ ਵਿੱਚ ਕੋਈ ਮੇਰੇ ਖਿਆਲ ਦੇ ਵਿੱਚ ਕੋਈ ਗਲਤ ਨਹੀਂ ਹੈ ਮੇਰੇ ਸਾਰੇ ਪੂਰੇ ਗੀਤ ਦੇ ਵਿੱਚ ਤੁਹਾਨੂੰ ਕੋਈ ਗਲਤ ਗੱਲ ਨਹੀਂ ਮਿਲੇਗੀ ਸਾਫ਼ ਸੁਥਰਾ ਤੋਂ ਦੇਖੋ ਗਾਉਈ ਇੱਕ ਲਾਈਟ ਵੀ ਗਾਉ ਤੇ ਥੋੜਾ ਜਿਹਾ ਹਿਪ ਹੌਪ ਸਟਾਈਲ ਵੀ ਗਾਉ ਕਲਾਕਾਰੀ ਨਹੀਂ ਹੈਗਾ ਵੀ ਇਕੱਲਾ ਲਾਈਟ ਹੀ ਗਈ ਜਾਏ ਹੂੰ ਉਹ ਚੱਲਦਾ ਨਹੀਂ ਫਿਰ ਉਹ ਚੱਲਦਾ ਨਹੀਂ ਫਿਰ ਉਹ ਤੁਹਾਡੇ ਲਈ ਗੱਲ ਜੀ ਤੁਸੀਂ ਕਹਿੰਗੇ ਜਗਰਾਤ ਦੇ ਜੋਗਾ ਬੰਦਾ ਰਹੇ ਜੇ ਜੇਕਰ ਉਹਨਾਂ ਨੇ ਕੁਝ ਵੀ ਗਾਇਆ ਕੁਝ ਵੀ ਬੋਲਿਆ ਉਹਨੂੰ ਲੋਕਾਂ ਨੇ ਪਸੰਦ ਕੀਤਾ ਹੂੰ ਲੋਕਾਂ ਨੇ ਸਟਾਰ ਬਣਾਇਆ ਉਹਨਾਂ ਨੂੰ ਹੂੰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਘਰੇ ਬੈ ਕੇ ਹੀ ਬਣ ਗਏ ਘਰੇ ਬੈਠਣ ਦਾ ਇਹ ਨਹੀਂ ਮਤਲਬ ਘਰੇ ਇਹਦਾ ਕੁਝ ਬੰਦਾ ਕਰਦਾ ਰਹਿੰਦਾ ਨਾ ਹੂੰ ਅੱਜ ਕੱਲ ਦੇਖੋ ਸੋਸ਼ਲ ਮੀਡੀਆ ਐਕਟਿਵ ਹੈ ਪੂਰੀ ਹੂੰ ਉਹਨਾਂ ਨੇ ਕੁਝ ਐਦਾਂ ਦੀਆਂ ਗੱਲਾਂ ਜਵਲੀਆਂ ਜੋ ਮਰਜ਼ੀ ਕੁਝ ਬੋਲਿਆ ਲੋਕਾਂ ਨੇ ਉਹਨੂੰ ਪਸੰਦ ਕੀਤਾ ਹੂੰ ਤਾਂ ਹੋਸਟਾਰ ਬਣਿਆ ਸਭ ਤੋਂ ਵੱਡੀ ਗੱਲ ਜੀ ਇੱਕ ਮੈਂ ਗੱਲ ਜ਼ਰੂਰ ਮੈਸੇਜ ਦੇਣਾ ਚਾਹੁੰਗਾ ਹਾਲਾਂਕਿ ਮੇਰੀ ਕੋਈ ਕਾਤ ਨਹੀਂ ਮੈਂ ਆਪਣੇ ਕਲਾਕਾਰ ਭਰਾਵਾਂ ਨੂੰ ਕੁਝ ਕਹਿ ਸਕਾਂ ਪਰ ਫਿਰ ਵੀ ਇੱਕ ਇਨਸਾਨੀ ਨਾਤੇ ਮੈਂ ਕੁਝ ਗੱਲ ਕਹਿਣਾ ਚਾਹਨਾ ਦੇਖੋ ਪਾਜੀ ਕਿਸੇ ਬੰਦੇ ਨੂੰ ਕਿਸੇ ਵੀ ਕਲਾਕਾਰ ਨੂੰ ਦੂਜੇ ਕਲਾਕਾਰ ਦੇ ਖਿਲਾਫ ਬੋਲਣ ਦਾ ਕੋਈ ਹੱਕ ਨਹੀਂ ਹੈ ਹੂੰ ਤੁਸੀਂ ਆਪਣਾ ਚਾਹੇ ਕੋਈ ਕੁਝ ਵੀ ਗਾਉਂਦਾ ਨਹੀਂ ਤੁਸੀਂ ਹੌਕਾ ਦਿਓ ਗੁਰਦਾਸ ਮਾਨ ਭਾਜੀ ਨੂੰ ਕਦੇ ਸੁਣਿਆ ਤੁਸੀਂ ਕਿਸੇ ਮਾੜੇ ਕਿਸੇ ਦਾ ਨਾਮ ਲੈ ਕੇ ਮਾੜਾ ਬੋਲਣ ਵੀ ਤੂੰ ਐਦਾਂ ਤੂੰ ਐਦਾਂ ਉਹ ਫਲਾਣਾ ਐਦਾਂ ਤੁਸੀਂ ਇੱਕ ਹੌਕਾ ਦਿਓ ਸੱਚ ਦਾ ਜੀਨੇ ਸਮਝਣਾ ਸਮਝੀ ਨਹੀਂ ਫਿਰ ਲੋਕ ਆਪੇ ਉਹਦਾ ਕਰਨਗੇ ਜੀ ਕਬਰਾਂ ਵਿੱਚੋਂ ਬੋਲੀ ਮਾਏ ਦੁੱਖ ਸੁੱਖ ਧੀ ਨਾਲ ਫੋਲੀ ਮਾਏ ਆ ਮਾਤਾ ਮੈਂ ਆਵਾ ਮਾਏ ਆ ਮਾ ਕਿਹੜੇ ਚਾਵਨਾ ਮਾਂ ਮੈਂ ਮੁੜਨੀ ਪੈ ਕੇ ਆਉਣਾ ਪੇਕੇ ਹੁੰਦੇ ਮਾਮਾ ਮਾ ਮੈਂ ਮੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਸਰ ਮਾਹੌਲ ਬੜਾ ਇਮੋਸ਼ਨਲ ਬਣ ਜਾਂਦਾ ਉਸ ਤਾਂ ਕਿਉਂਕਿ ਹਰ ਦੇ ਦਿਲ ਦੇ ਕਰੀਬ ਹੈ ਇਹ ਗਾਣਾ ਮਾਮਾ ਧੀਆ ਦਾ ਰਿਸ਼ਤਾ ਦਿਖਾਇਆ ਵੀ ਕਿੱਦਾਂ ਉਹ ਮਾਂ ਤੋਂ ਬਾਅਦ ਜਦੋਂ ਆਪਣੇ ਭਰਾ ਦੇ ਘਰੇ ਜਾਂਦੀ ਹੈ ਕਈ ਵਾਰ ਦੇਖੋ ਅੱਜ ਕੱਲ ਚੀਜ਼ਾਂ ਨਹੀਂ ਰਹੀਆਂ ਪਰ ਫਿਰ ਵੀ ਇਹ ਕਈ ਥਾਵਾਂ ਤੇ ਹੋ ਜਾਂਦੀਆਂ ਤਾਂ ਫਿਰ ਉਹ ਮਤਲਬ ਦਿਲ ਦੇ ਹੋਰ ਕਰੀਬ ਆ ਜਾਂਦਾ गाना है हम्म ता फिर उदादा माहौल क्रिएट होता उदा दी इमोशनलिटी जुड़ जाती है नाल मैं पिछले 6-7 सा साल तो बिल्कुल ਛੱਡ ਚੁੱਕਿਆ ਸੀ ਫਿਰ ਮੈਂ ਕੁਦਰਤੀ ਮੈਂ ਕਮਲ ਖਾਨ ਪਾਚੀ ਨੂੰ ਬਹੁਤ ਸੁਣਦਾ ਜੀ हम्म ਬਹੁਤ ਅੱਛਾ ਗਾਉਂਦੇ ਆ ਸਾਫ ਸੁਥਰੀ ਗਾਇਕੀ ਹੈ ਤੇ ਮੈਂ ਬਹੁਤ ਪਸੰਦ ਕਰਦਾ ਮੈਂ ਬਹੁਤ ਅੱਛਾ ਉਹਨਾਂ ਨੂੰ ਲਾਈਵ ਵੀ ਗਾ ਲੈਣਾ हम्म ਤੇ ਫਿਰ ਮੈਂ ਉਹਨਾਂ ਨੂੰ ਸੁਣਦਾ ਦੇਖਿਆ ਫਿਰ ਮੇਰੇ ਮਨ ਚ ਇੱਕ ਗੱਲ ਆਈ ਯਾਰ ਮੈਂ ਕਿਹਾ ਗੱਗੀ ਵੀ ਯਾਰ ਜਦੋਂ ਤੂੰ ਕਿਉਂ ਨਹੀਂ ਹੈਗਾ ਉਸ ਸਟੇਜ ਤੇ ਹੂੰ ਫਿਰ ਆਪਣੇ ਕੋਲੇ ਕਿ ਚਲੋ ਪਰਮਾਤਮਾ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਕੋਈ ਕਮੀ ਵੀ ਨਹੀਂ ਹੈ ਗਲਾ ਰੱਬ ਨੇ ਜਿੰਨਾ ਕ ਵੀ ਬਖਸ਼ਿਆ ਇਹ ਪਤਾ ਨਹੀਂ ਵੀ ਸਾਡੇ ਬਾਣੀਆਂ ਦੇ ਵਿੱਚ ਇਹ ਚੀਜ਼ਾਂ ਕਿਉਂ ਹੁੰਦੀਆਂ ਹਮ ਬੜੀ ਦਿਲ ਨੂੰ ਠੇਸ ਪਹੁੰਚੀ ਉਸ ਟਾਈਮ ਜਦੋਂ ਮੇਰਾ ਮੈਂ ਸੱਜਣਾ ਮੇਰੇ ਗਾਣਾ ਮੇਰਾ ਬਿਲਕੁਲ ਰੈਡੀ ਸੀ ਤੇ ਮੈਂ ਕੰਪਨੀ ਕੋਲ ਜਾ ਰਿਹਾ ਸੀਗਾ ਵੀ ਮੇਰੇ ਗਾਣੇ ਰਿਲੀਜ਼ਿੰਗ ਰਿਗਾਰਡਿੰਗ ਮੈਨੂੰ ਕਿਸੇ ਨੇ ਮਾਲਵਾ ਰਿਕਾਰਡ ਦਾ ਰੈਫਰੈਂਸ ਦਿੱਤਾ ਵੀ ਤੁਸੀਂ ਉੱਥੇ ਜਾਓ ਹਮ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਹੂੰ ਬੀ ਉਹ ਮਤਲਬ ਸਾਡੇ ਬਾਣੀਆਂ ਇਹ ਪੁਰਾਣੇ ਹੂੰ ਤੇ ਮੈਂ ਜਦੋਂ ਗਿਆ ਜੀ ਉੱਥੇ ਉਹਨਾਂ ਨੂੰ ਕੰਟੈਂਟ ਸੁਣਾਇਆ ਸਾਰਾ ਕੁਝ ਉਹਨਾਂ ਨੇ ਸੁਣਦਿਆਂ ਹੀ ਮੈਨੂੰ ਕੋਈ ਗੱਲ ਕਹੀ ਕਹਿੰਦੇ ਯਾਰ ਇਹ ਆਪਣੇ ਬਾਣੀਆਂ ਦਾ ਕੰਮ ਨਹੀਂ ਹੈ ਹੂੰ ਜਵਾਬ ਦਿੱਤਾ ਜਵਾਬ ਦਿੱਤਾ ਮਤਲਬ ਮੇਥੋਂ ਜੋ ਉਹਨਾਂ ਨੇ ਕੁਝ ਮੰਗਿਆ ਪੇ ਕਰਨ ਨੂੰ ਕਿਹਾ ਸਾਨੂੰ ਮਤਲਬ ਉਹ ਬਿਲਕੁਲ ਵੀ ਮਤਲਬ ਸਾਡੇ ਅਲਾਗੇ ਤਾਗੇ ਹੈ ਨਹੀਂ ਸੀ ਗੱਲ ਹੁੰਦੀ ਹੀ ਨਹੀਂ ਉਹ ਚਿੱਜਾਂ ਜੋ ਉਹਨਾਂ ਨੇ ਮੇਥੋਂ ਚਾਹਿਆ ਵੀ ਤੂੰ ਸਾਨੂੰ ਆ ਚੀਜ਼ ਦੇ ਦੇ ਤਾਂ ਆਂ ਤੇਰਾ ਗਾਣਾ ਸੀ ਰਿਲੀਜ਼ ਕਰਦੇ ਹਾਂ ਪਿਰਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ ਛੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ ਐਟ ਪਿਰਮਿਡ ਦ ਓਨਲੀ ਥਿੰਗ ਥੈਟ ਇਨਸਪਾਇਰਸ ਅਸ ਦ ਮੋਸਟ ਇਜ਼ ਆਰ ਕਸਟਮਰ ਐਂਡ ਵੀ ਆਰ ਟੋਟਲੀ ਕਮਿਟਿਡ ਟੂ ਦ ਸਕਸੈਸ ਆਫ ਆਰ ਸਟੂਡੈਂਟਸ ਐਂਡ ਕਸਟਮਰਸ ਪਿਰਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ ਪਿਰਮਿਡ ਵੀਜ਼ਾ ਇੱਕ ਵਧੀਆ ਜ਼ਿੰਦਗੀ ਲਈ